आम आदमी पार्टी सरकार के समय गरीब दलित लोगों के साथ इतना धक्का हो रहा है कि जिसकी उदाहरण होशियारपुर के चकसमाना गांव से देखने को मिली, जहां जमीन विवाद में एक महिला और उसके बेटे की मारपीट की गई और जाति के खिलाफ अभद्र भाषा का इस्तेमाल किया गया। दूसरे पक्ष संसार सिंह ने शुरू से ही आरोप को नकारते हुए कहा कि डिप्टी कमिश्नर साहिब होशियारपुर का आदेश था कि खेतों की मीनती की जाए। क्या है पूरी खबर, आइए देखते हैं होशियारपुर से रिंकू थापर की खास रिपोर्ट में। ਸਾਨੂੰ ਤਾਂ ਚਾਰ ਦਿਨ ਹੋ ਗਏ ਮੈਨੂੰ ਨੋਟ ਭੇਜੇ ਨੂੰ ਜਾ ਗਿਆ। ਤੁਸੀਂ ਬਸ ਇਹੀ ਹਾਂ? ਬਸ ਤੁਸੀਂ? ਹਾਂਜੀ ਸਰ, ਕੀ ਨਾਮ ਤੁਹਾਡਾ? ਜਸਵਿੰਦਰ। ਤੁਸੀਂ ਪਿੰਡ? ਪਿੰਡ ਕੁੱਲੀਆਂ ਭੇਖਵਾਲ ਦੇ ਸਰਪੰਚ। ਤੁਸੀਂ ਸਰਪੰਚ? ਹਾਂਜੀ। ਇਹ ਕੀ ਮਾਮਲਾ ਜੀ? ਮਾਮਲਾ ਨਿਸ਼ਾਨਦੇਹੀ ਦਾ ਜੀ ਇਹਨਾਂ ਦਾ। ਉਹ ਤਾਂ ਕਹਿ ਰਹੇ ਵੀ ਸਾਨੂੰ ਕੋਈ ਅੱਜ ਤੱਕ ਨੋਟਿਸ ਵੀ ਨਹੀਂ ਆਇਆ ਸਾਨੂੰ ਕਿ ਤੁਹਾਡਾ ਧੱਕਾ। ਸਾਨੂੰ ਤਾਂ ਤਲਾਹ ਚੌਂਕੀ ਦਾ ਦੇਖ ਗਿਆ ਜੀ ਚਾਰ ਦਿਨ ਪਹਿਲਾਂ। ਅੱਛਾ ਅੱਛਾ। ਤੁਸੀਂ ਇੱਥੇ? ਸਾਬਕਾ ਸਰਪੰਚ ਪਿੰਡ ਬਲਵਿੰਦਰ ਸਿੰਘ, ਪਿੰਡ ਕਾਂਟੀਆਂ ਜੀ। ਸਰ ਇਹ ਜਿਹੜਾ ਮਾਮਲਾ ਹੈ, ਕਹਿ ਰਹੇ ਆ ਵੀ ਜਾਣ ਕੇ ਜਿਹੜੇ ਦੂਜੀ ਧਿਰ ਆ ਵੀ ਸਾਡੇ ਨਾਲ ਧੱਕਾ ਕਰ ਰਹੇ ਆ। ਨਹੀਂ ਸਰ, ਕੋਈ ਧੱਕਾ ਨਹੀਂ ਗਾ। ਇਸ ਤੋਂ ਪਹਿਲਾਂ ਵੀ 3-4 ਵਾਰ ਨਿਸ਼ਾਨਦੇਹੀਆਂ ਹੋਈਆਂ ਜੀ। ਇਹ ਬੰਦਾ ਸਹਿਨ ਨਹੀਂ ਕਰਦਾ, ਕੁਛ ਨਹੀਂ ਕਰਦਾ, ਚੱਲ ਜਾਂਦਾ ਜੀ। ਹੁਣ DC ਸਾਹਿਬ ਦੇ ਹੁਕਮ ਨਾਲ ਅੱਜ ਨਿਸ਼ਾਨਦੇਹੀ ਹੋਈ, ਅਫਸਰਾਂ ਨਾਲ ਆਇਆ, ਪੁਲਿਸ ਆਈ ਆ ਜੀ। ਉਸ ਹਿਸਾਬ ਨਾਲ ਅੱਜ ਸਵੇਰੇ ਵੀ ਚੌਂਕੀਦਾਰ ਸਾਹਿਬ ਆਏ ਸੀ, ਇਹਨਾਂ ਨੂੰ ਕਰਾਇਆ ਸਾਰਾ ਕੁਝ ਨੋਟ ਕਰਾਇਆ ਜੀ। ਆਏ ਨਹੀਂ ਨਿਸ਼ਾਨਦੇਹੀ 'ਤੇ, ਘਰੋਂ ਦੌੜ ਗਏ। ਠੀਕ ਹੈ, ਸਾਨੂੰ ਪਤਾ ਨੋਟ ਕਿਹਾ ਸਾਨੂੰ? ਨਹੀਂ ਜੀ, ਕਰਾਇਆ ਜੀ, ਚੌਂਕੀਦਾਰ ਸਾਹਿਬ ਗਏ ਸੀਗੇ ਜੀ, ਇਹਨਾਂ ਨੋਟ ਕਰਾਇਆ ਜੀ, ਇਹ ਘਰੋਂ ਚਲੇ ਗਏ ਸੀਗੇ ਜੀ। ਇਹ ਹੁਣ ਮਤਲਬ ਜਿਹੜੀ ਜ਼ਮੀਨ ਹੈ ਕਿਹਨਾਂ ਦੀ, ਜਿਹਨਾਂ ਦੇ ਨਾਲ? ਇਹ ਜਿਹੜੀ ਜੀ ਅੱਜ ਨਿਸ਼ਾਨਦੇਹੀ ਹੋ ਰਹੀ ਜੀ, ਸਰਦਾਰ ਸੰਸਾਰ ਸਿੰਘ ਜੀ ਸਾਡੇ ਨੰਬਰਦਾਰ ਸਾਹਿਬ, ਉਹਨਾਂ ਨੇ DC ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹੋ ਰਹੀ ਜੀ ਇਹ। ਅਸੀਂ ਇਹਨਾਂ ਦੇ ਆਰਡਰ, ਬਕਾਇਦਾ ਆਰਡਰਾਂ 'ਤੇ? ਹਾਂਜੀ, ਬਕਾਇਦਾ ਆਰਡਰਾਂ 'ਤੇ ਹੋ ਰਹੀ ਜੀ, DC ਸਾਹਿਬ ਦੇ ਆਰਡਰਾਂ ਨਾਲ ਹੋ ਰਹੀ ਜੀ। ਪਿੰਡ ਮੇਰਾ ਚੱਕ ਸਵਾਣਾ ਆ, ਸਾਡੀ ਇੱਥੇ ਜ਼ਮੀਨ ਆ। ਇਹਨਾਂ ਗੁਆਂਢੀਆਂ ਦਾ ਸੰਸਾਰ ਸਿੰਘ, ਸਰਵਨ ਸਿੰਘ ਤੇ ਗੁਰਜੀਤ ਸਿੰਘ ਤੇ ਪਰਮਿੰਦਰ ਸਿੰਘ, ਇਹਨਾਂ ਦਾ ਸਾਡਾ ਕੇਸ ਚੱਲਦਾ। ਇਹ ਪਹਿਲਾਂ ਤੋਂ ਸਾਡੇ ਨਾਲ ਧੱਕਾ ਕਰਦੇ ਆਏ ਆ। ਇਹਨਾਂ ਨੇ ਪਹਿਲਾਂ 98 ਚੋਰੀ ਦਰਖਤ ਵੱਢੇ ਸੀ ਮੇਰੇ ਥਾਣੇ, ਮੰਨੇ ਇਹਨਾਂ ਨੇ ਗਲਤੀ, ਮੰਨੀ ਪੰਚਾਇਤ, ਇਹਨਾਂ ਮੈਂਬਰਾਂ ਨੇ ਰਾਜੀਨਾਮਾ ਕਰਵਾਇਆ ਸੀ। ਮੁੜ ਕੇ ਫਿਰ ਇਹਨਾਂ ਨੇ ਫਿਰ 7 ਦੇ ਵਿੱਚ ਮੇਰੇ ਨਾਲ ਰਫਲਾਂ ਲੈ ਕੇ ਘਰ ਆ ਗਏ ਮੈਨੂੰ ਮਾਰ। ਹੁਣ ਫਿਰ ਕੇਸ ਚੱਲਦਾ, ਚੱਲਣ ਦੇ ਬਾਵਜੂਦ ਮੈਂ ਘਰ ਹੈ ਨਹੀਂ ਸੀਗਾ, ਅਤੇ ਸਾਡੇ ਨਾਲ ਇੱਥੇ ਮਿਹਨਤੀ ਕਰਨ ਆ ਗਿਆ ਗਰਦਾਵਰ, ਇਹ ਸਭ ਨਾਲ ਰਲੇ ਹੋਏ ਪੁਲਿਸ ਵਾਲੇ ਅਤੇ ਮੇਰੀ ਘਰ ਵਾਲੀ ਨੂੰ ਅਤੇ ਮੇਰੇ ਮੁੰਡੇ ਨੂੰ ਘੜੀਸਿਆ ਖੇਤ ਦੇ ਵਿੱਚ ਫੜ ਕੇ, ਉੱਤੇ ਉਹ ਚਮਾਰੋ ਛੱਡ ਜਾਓ। ਇਹ ਤਿੰਨ, ਇੱਕ ਮੇਰੇ ਚੜ੍ਹਦੇ ਪਾਸੇ, ਇੱਕ ਲਹਿੰਦੇ ਪਾਸੇ, ਦੋਨੇ ਇਹ BC ਆ, ਇੱਕ ਜਰਨਲ ਜੱਟ ਵਾ। ਇਹਨਾਂ ਨੇ ਇਹ ਕਹਿੰਦੇ ਵੀ ਚਮਾਰੋ ਤੁਹਾਨੂੰ ਛੱਡਣਾ ਨਹੀਂ ਅਤੇ ਤੁਹਾਨੂੰ ਮਾਰ ਦੇਣਾ, ਰਫਲਾਂ ਲੈ ਕੇ ਆਉਂਦੇ ਆ। ਅਤੇ ਹੋਰ ਕਹਿੰਦੇ ਸਾਡੇ ਕੋਲ ਆਰਡਰ ਹੈ ਜੀ DC ਦੇ? ਉਹ ਮਹਾਰਾਜ, ਮੈਨੂੰ ਕੋਈ ਇਨਫੋਰਮੇਸ਼ਨ ਨਹੀਂ, ਮੈਨੂੰ ਤਾਂ ਦੱਸਣਾ ਚਾਹੀਦਾ। ਮੇਰੇ ਚੌਂਕੀਦਾਰ ਕਹਿੰਦੇ ਭੇਜਿਆ, ਪਰ ਕਹਿੰਦੇ ਉਹਨਾਂ ਨੇ ਲਿਆ ਨਹੀਂ, ਕਹਿੰਦੇ ਕੀ ਪ੍ਰੂਫ ਆ ਜੀ ਉਹਨਾਂ ਦਾ, ਦੱਸੋ। ਮੇਰੇ ਖੇਤ ਦੇ ਵਿੱਚ ਦੇਖੋ ਜੀ, ਉਹਨੇ ਤਾਂ ਆਪਣੀ ਜ਼ਮੀਨ ਪੂਰੀ ਕਰਨੀ, ਉਹ ਤਾਂ ਮੇਰੀ ਮਿਲ ਰਹੇ ਆ। ਧੱਕੇ ਨਾਲ ਪਿੱਲਰ, ਪੁਲਿਸ ਲੈ ਕੇ ਪਿੱਲਰ ਕਰਨ ਰਹੇ ਆ। ਪੁਲਿਸ ਵਾਲੇ ਕਹਿੰਦੇ ਛੱਡਣਾ ਨਹੀਂ ਤੁਹਾਨੂੰ, ਜੋ ਕਰਨਾ ਕਰ ਲਓ, ਕੁੱਤੇ ਚਮਾਰੋ। ਤੁਸੀਂ ਸਰਕਾਰ ਤੋਂ ਮੰਗ ਕਰਦੇ? ਦੇਖੋ ਜੀ, ਜਿਹੜਾ ਥਾਣੇਦਾਰ ਆਇਆ ਉਹਨੇ ਤੇ ਜਿਹੜਾ ਗਰਦਾਵਰ ਪਟਵਾਰੀ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ ਤੁਰੰਤ। ਇਹਨੇ ਸ਼ਰਿਆਮ ਧੱਕਾ ਕੀਤਾ, ਔਰ ਕੋਈ ਇਨਫੋਰਮੇਸ਼ਨ ਤੋਂ ਬਗੈਰ, ਮੇਰੇ ਬੱਚਿਆਂ ਨਾਲ, ਮੇਰੀ ਮਿਸੀ ਨਾਲ, ਮੇਰੇ ਰੋਂਦੇ ਆ ਸਰ। ਇਹਨਾਂ ਨੇ ਧੱਕਾ ਸ਼ਰਿਆਮ ਕੀਤਾ, ਇਹਨਾਂ ਦੇ ਬਰਖਾ ਨੂੰ ਕਾਰਵਾਈ ਹੋਣੀ ਚਾਹੀਦੀ ਆ। ਮਾਮਲਾ ਇਹ ਸਾਡੇ ਨਾਲ ਜੀ, ਇਹਨਾਂ ਦਾ ਝਗੜਾ ਚੱਲਦਾ, ਸਾਡਾ ਕੇਸ ਲੱਗਾ ਅਦਾਲਤ ਵਿੱਚ। ਕਿਹਨਾਂ ਲੱਗਾ ਜੀ ਕੇਸ? ਇਹਨਾਂ ਸ਼ਿਹਾਰੇ ਹੁਣਾਂ ਨਾਲ, ਸੰਸਾਰ ਸਿੰਘ, ਸਰਵਨ ਸਿੰਘ। ਤੇ ਹੁਣ ਜਿੱਦਾਂ ਉਹ ਕਹਿੰਦੇ ਸਾਡੇ ਕੋਲ ਆਰਡਰ ਆ DC ਦੇ? DC ਦੇ ਆਰਡਰ ਸੀ, DC ਨੇ ਤਾਂ ਸਾਨੂੰ ਵੀ ਇਹਨੇ ਸਾਡੇ ਪੈਸੇ, ਦਰਖਤ ਵੱਢ ਕੇ ਮੁੱਕਰ ਗਿਆ ਸਾਡੇ। ਉਹ ਕਹਿੰਦੇ ਇਹਨਾਂ ਨੇ ਵੱਡੇ ਆਰਡਰ, ਪੰਚਾਇਤ ਹੋਈ, ਰਾਜੀਨਾਮਾ ਵਿੱਚ ਹੋਇਆ, ਦਰਖਤ ਮੰਨੇ, ਪੈਸੇ ਦੇਣੇ ਮੰਨੇ, ਇਹ ਪੈਸੇ ਦੇਣ ਤੋਂ ਇਹ ਮੁੱਕਰ ਗਿਆ। ਪੰਚਾਇਤ ਦੇ ਸਾਰੀ ਦੇ ਸੈਨ ਹੋਏ ਵਾ, DC ਦੇ ਗਿਆ, DC ਦੇ ਪੈਂਡਿੰਗ ਪਈ ਸਾਡੀ ਰਿਪੋਰਟ ਹੈ। ਤੁਹਾਨੂੰ ਮਾਰਕੁੱਟ ਕਿੰਨੀ ਕੀਤੀ ਅੱਜ? ਮਾਰਕੁੱਟ ਸਾਡੇ ਨਾਲ ਇਹਨੇ ਪੁਲਿਸ ਵਾਲੇ ਬਾਗ ਦੇ ਵਿੱਚੋਂ ਮਿਹਨਤੀ ਕਰਨ ਆਏ, ਸਾਡੇ ਘਰ ਵਾਲੇ ਘਰ ਹੈ ਨਹੀਂ ਸੀਗੇ। ਮੈਂ ਤੇ ਮੇਰਾ ਬੇਟਾ ਜਿੱਦਾਂ ਹੀ ਅਸੀਂ ਗਏ, ਅਸੀਂ ਉਹਨਾਂ ਨੂੰ ਇਹੀ ਰੋਕਿਆ ਜੰਜੀਰ ਪਾਉਣ ਤੋਂ। ਅਸੀਂ ਕਿਹਾ ਸਾਡੇ ਖੇਤ 'ਚ ਨਾ ਪਾਓ, ਸਾਡੇ ਘਰ ਵਾਲੇ ਘਰ ਹੈ ਨਹੀਂ। ਕਹਿੰਦੇ ਠੀਕ ਆ। ਇਹ ਅਸੀਂ ਉਰੇ ਆ ਗਏ, ਸਾਡੇ ਮਗਰ ਪੁਲਿਸ ਵਾਲਾ ਨੱਠਾ ਹੀ ਆਇਆ ਬਾਗ ਦੇ ਵਿੱਚੋਂ ਨਿਕਲ ਕੇ। ਸਾਨੂੰ ਨਹੀਂ ਸੀ ਪਤਾ ਇਹ ਪਹਿਲਾਂ ਹੀ ਉੱਥੇ ਲੁਕਿਆ ਹੋਇਆ। ਇਹਨੇ ਬਾਹਰ ਨਿਕਲਿਆ, ਜਿੱਦਾਂ ਹੀ ਨਿਕਲਿਆ ਕਹਿੰਦਾ ਮੇਰੀ ਗੱਲ ਸੁਣ, ਗੱਲ ਸੁਣਨ ਅਸੀਂ ਲਾਗੇ ਖੜੇ ਹੋਏ। ਇਹਨੇ ਪੈਂਦੀ ਸੱਟੇ, ਇੱਕ ਨੇ ਮੇਰੇ ਬੇਟੇ ਨੂੰ ਫੜ ਲਿਆ, ਇੱਕ ਨੇ ਮੇਰਾ ਗਲ ਫੜ ਲਿਆ, ਦੋਨਾਂ ਨੂੰ ਸਾਨੂੰ ਥੱਲੇ ਸੁੱਟ ਕੇ ਫਟਾਫਟ ਇਹ ਕੁੱਟਣ ਲੱਗ ਪਏ। ਮੈਂ ਆਪਣੇ ਬੇਟੇ ਦੇ ਉੱਤੇ ਡਿੱਗ ਪਈ, ਮੈਂ ਕਿਹਾ ਮੈਨੂੰ ਮਾਰੋ, ਮੇਰੇ ਬੇਟੇ ਨੂੰ ਨਾ ਮਾਰੋ। ਇਹਨੇ ਮੇਰੇ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਇਹਨੇ। ਤੁਹਾਨੂੰ ਕੋਈ ਜਾਣਕਾਰੀ ਨਹੀਂ ਸੀ ਅੱਜ ਜਿਹੜੇ ਇਹਨਾਂ ਨੇ ਆਉਣਾ ਸੀ? ਕੋਈ ਜਾਣਕਾਰੀ? ਉਹ ਤਾਂ ਕਹਿੰਦੇ ਅਸੀਂ ਜਾਣ ਕੇ ਚੌਂਕੀਦਾਰ ਤੁਸੀਂ ਆ ਭੇਜੇ ਕਿਸ? ਕੋਈ ਨਹੀਂ ਸਾਡੇ ਘਰ ਆਇਆ, ਸਾਨੂੰ ਕੋਈ ਹੁੰਦਾ ਤਾਂ ਮੈਂ ਕਿਸੇ ਨੂੰ ਆਪਣੇ ਘਰ ਦੱਸਦੀ, ਮੈਂ ਆਪਣੇ ਘਰ ਵਾਲੇ ਨੂੰ ਘਰ ਰੱਖਦੀ। ਮੰਗ ਕੀ ਕਰਦੇ ਤੁਸੀਂ?
ਮਨ ਸਾਨੂੰ ਇਨਸਾਫ ਚਾਹੀਦਾ। ਇੱਦਾਂ ਪੁਲਿਸ ਵਾਲੇ ਆਣ ਕੇ ਨਜਾਇਜ਼ ਕਿਸੇ ਨੂੰ ਫੜ ਕੇ ਕੁੱਟਣ, ਤੁਸੀਂ ਦੇਖੋ ਮੇਰੇ ਲਾਗੇ ਕੋਈ ਘਰ ਨਹੀਂ, ਮੇਰੇ ਲਾਗੇ ਕੋਈ ਕੁਛ ਨਹੀਂ, ਮੈਂ ਤਾਂ ਮੇਰਾ ਬੇਟਾ ਇਕੱਲੇ ਸੀ, ਸਾਨੂੰ ਮੇਰੇ ਬੇਟੇ ਨੂੰ ਥੱਲੇ ਲਿਆ ਲਿਆ, ਥੱਲੇ ਨਹੀਂ ਮੈਨੂੰ ਵੀ ਲੈ ਲਿਆ, ਮੇਰੇ ਗਲ ਤੋਂ ਫੜ ਕੇ ਮੈਨੂੰ ਇਹਨੇ ਕੁੱਟਿਆ। ਹਾਂਜੀ ਕੀ ਨਾਮ? ਮੇਰਾ ਨਾ ਨਾਮ ਹਰਜੋਤ ਸਿੰਘ ਆ। ਸਾਡਾ ਨਾ ਸਰ ਇਹ ਬੰਨੇ ਦਾ ਝਗੜਾ ਆ ਇਹਨਾਂ ਨਾਲ ਸੰਸਾਰ ਸਿੰਘ ਹੋਣਾ ਨਾ, ਕੋਰਟ 'ਚ ਆਲਰੇਡੀ ਕੇਸ ਚੱਲ ਰਿਹਾ। ਜਦ ਤੱਕ ਕੋਰਟ ਦੇ ਵਿੱਚ ਕੇਸ ਚੱਲਦਾ ਕੋਈ ਨਿਸ਼ਾਨਦੇਹੀ ਨਹੀਂ ਕਰ ਸਕਦੇ। ਇਹਦਾ ਫੈਸਲਾ ਨਹੀਂ ਆਇਆ ਕੋਰਟ ਦਾ? ਨਹੀਂ ਕੋਈ ਫੈਸਲਾ ਨਹੀਂ ਆਇਆ ਹੈਗਾ ਸਰ। ਇਹਨਾਂ ਨੇ ਅੱਜ ਆ ਕੇ ਨਿਸ਼ਾਨਦੇਹੀ ਕੀਤੀ, ਸਾਨੂੰ ਕਿਸੇ ਨੇ ਦੱਸਿਆ ਤਾਂ ਸਰ ਪੁਲਿਸ ਵਾਲੇ ਉਹ ਕਹਿੰਦੇ ਸਾਡੇ ਕੋਲ ਡੀਸੀ ਦੇ ਆਰਡਰ ਨਹੀਂ ਸਰ, ਡੀਸੀ ਦੇ ਆਰਡਰ ਸਾਨੂੰ ਇਹਨਾਂ ਨੇ ਕੁਛ ਨਹੀਂ ਦੱਸਿਆ ਹੈਗਾ। ਉਲਟਾ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ, ਸਤਨਾਮ ਸਿੰਘ ਨੇ ਆ ਕੇ, ਉਹਨਾਂ ਦੇ ਨੇਮ ਪਲੇਟ ਵੀ ਹੈ ਨਹੀਂ, ਉਹਨਾਂ ਨੇ ਮੇਰੀ ਪੱਗ ਨੂੰ ਹੱਥ ਪਾਇਆ ਹੈਗਾ, ਦੇਖੋ ਪੈਰ 'ਤੇ ਸੱਟ ਲੱਗੀ, ਉਹਨਾਂ ਨੇ ਇੱਥੇ ਪੈਰ 'ਤੇ ਪੈਰ ਰੱਖਿਆ ਅਤੇ ਕਮੀਜ਼ ਮੇਰੀ ਫਾੜਤੀ ਸਾਰੀ, ਔਰ ਇਹਨਾਂ ਨੇ ਪੱਗ ਨੂੰ ਹੱਥ ਪਾਇਆ ਸਰ। ਮੈਂ ਵੀਡੀਓ ਬਣਾਉਂਦਾ ਪਿਆ ਸੀ ਜੋ ਕਿ ਮੇਰਾ ਰਾਈਟ ਆ, ਅਤੇ ਉਹਦੇ ਕਰਕੇ ਸਰ ਪੁਲਿਸ ਵੀ ਧੱਕਾ ਕਰਦੀ ਪਈ ਆ ਸਰ। ਤੁਸੀਂ ਮੰਗ ਕਰਦੇ ਸਰ? ਮੰਗ ਸਰ ਸਾਡੇ ਨਾਲ ਇਨਸਾਫ ਹੋਵੇ, ਕਿਉਂਕਿ ਅਸੀਂ ਐਸ ਸੀ ਕੈਟਾਗਰੀ ਤੋਂ ਬਿਲੋਂਗ ਕਰਦੇ ਹਾਂ, ਔਰ ਇਹ ਹੈਗੇ BC ਔਰ ਇੱਧਰ ਵੀ ਜਨਰਲ। ਨਿਸ਼ਾਨਦੇਹੀ ਹੁੰਦੀ ਜੋ ਸਾਡਾ ਹੁੰਦਾ ਨਾ, ਜਿੰਨੀ ਜੋ ਸਾਡਾ ਕਾਨੂੰਨੀ ਤੌਰ ਤੇ ਅਸੀਂ ਕਰ ਸਕਦੇ ਉਹੀ ਕੁਛ ਹੀ ਕਰਦੇ। ਇਹ DC ਸਾਹਿਬ ਤੋਂ ਸਕਿਉਰਿਟੀ ਮਿਲੀ ਹੋਈ ਸੀਗੀ ਜੀ, ਇੱਕ ਦਿਨ ਪਹਿਲਾਂ ਅਸੀਂ ਨਿਸ਼ਾਨਦੇਹੀ ਕਰਨ ਆਏ ਸੀਗੇ, ਇਹਨਾਂ ਨੇ ਜਰੀਬ ਖਿੱਚ ਲਈ ਸੀ ਲੜਕੀਆਂ ਨੇ ਨਾ ਜੀ, ਜਰੀਬ ਖਿੱਚਣ ਕਰਕੇ ਵੀ ਅਸੀਂ ਨਿਸ਼ਾਨਦੇਹੀ ਨਹੀਂ ਕੀਤੀ ਸੀ। ਫਿਰ ਅਸੀਂ ਸਕਿਉਰਿਟੀ ਲਈ ਅਪਲਾਈ ਕੀਤਾ ਸੀ DC ਸਾਹਿਬ ਦੇ ਜੀ, ਉਹਨਾਂ ਨੇ ਸਕਿਉਰਿਟੀ ਦਿੱਤੀ ਤਾਂ ਫਿਰ ਅੱਜ ਨਿਸ਼ਾਨਦੇਹੀ। ਮਤਲਬ ਉਹ ਤਾਂ ਕਹਿ ਰਹੇ ਸਾਡਾ ਧੱਕਾ ਕਰ ਰਹੇ ਆ? ਧੱਕਾ ਕਿਸੇ ਨਾਲ ਜੀ, ਉਹਨਾਂ ਦੀ ਜ਼ਮੀਨ ਵੀ ਪੂਰੀ ਕਰ ਦਿੱਤੀ ਜੀ, ਉਹਦੀ ਪੂਰੀ ਕਰ, ਜ਼ਮੀਨ ਕਿਸੇ ਨੂੰ ਵੱਧ ਨਹੀਂ ਮਿਲਣੀ ਨਾ ਜੀ, ਜਿੰਨੀ ਕਿਸੇ ਦੀ ਜ਼ਮੀਨ ਹੈਗੀ ਉਨੀ ਮਿਲਣੀ ਜੀ, ਜਾਣੀ ਕਿ ਅਸੀਂ ਵੱਧ ਨਹੀਂ ਕਿਸੇ ਨੂੰ ਵੀ ਦੇ ਸਕਦੇ। ਮਤਲਬ ਤਾਂ ਜੋ ਵੀ ਹੈਗਾ ਜਾਣ ਕੇ ਲਾ ਦੇ ਸਾਨੂੰ। ਹਾਂਜੀ ਹਾਂਜੀ। खबरें जो आपको सीधे जोड़ती हैं हमसे, जिनका आपकी जिंदगी पर होता है सीधा असर, खबरों की वही तस्वीर, बिना बदले बिना डरे, सच का जज्बा लिए सच दिखाते हैं हम। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड DTH स्मार्ट सेटअप बॉक्स, सभी OTT प्लेटफॉर्म, 24 घंटे लाइव देखे हमारे सोशल मीडिया पेजेस पर।